ਹਾਂਜੀ, ਕੀ ਨਾਮ ਹੈ ਮੇਰਾ ਤੁਹਾਡਾ? ਨਾਮ ਸੰਜੀਵ ਕੁਮਾਰ, ETT ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ ਘਲਾੜ। ਹਾਂਜੀ, ਕੀ ਮਾਮਲਾ ਹੋਇਆ ਸਕੂਲ ਦੇ ਵਿੱਚ ਜੀ? ਸਕੂਲ ਦੇ ਵਿੱਚ ਜਦੋਂ ਮੈਂ ਸਵੇਰੇ ਆਪਣੇ ਘਰੇ ਸੀ, ਮੇਰੇ ਕੋਲ ਸਾਡੇ ਸੇਵਾਦਾਰ ਜੀ ਸਕੂਲ 'ਚ ਆਏ ਨੇ, ਬਾਹਰਲਾ ਗੇਟ ਖੁੱਲ੍ਹਾ ਸੀਗਾ, ਇਹਨਾਂ ਦੇਖਿਆ ਸਕੂਲ ਦਾ ਗੇਟ ਖੁੱਲ੍ਹਾ ਅਤੇ ਅੰਦਰ ਆਏ, ਅੰਦਰ ਆ ਕੇ ਦੇਖਿਆ ਵੀ ਸਕੂਲ ਦੇ ਵਿੱਚ ਦਰਵਾਜ਼ੇ ਭੰਨੇ ਹੋਏ ਸੀ। ਇਹਨਾਂ ਨੇ ਤੁਰੰਤ ਮੈਨੂੰ ਫੋਨ ਕੀਤਾ ਅਤੇ ਫੋਨ ਕਰਕੇ ਦੱਸਿਆ ਵੀ ਸਰ ਵੀ ਆਪਣੇ ਸਕੂਲ ਦੇ ਵਿੱਚ ਦਰਵਾਜ਼ੇ ਆਪਣੇ ਭੰਨੇ ਹੋਏ ਨੇ, ਲਾਦਾ ਚੋਰੀ ਹੋ ਗਈ। ਅਤੇ ਉਹਨਾਂ ਦੇ ਇਹਨਾਂ ਦੇ ਫੋਨ ਤੋਂ ਤੁਰੰਤ 10 ਮਿੰਟ ਵਿਦਿਨ 10 ਮਿੰਟ ਦੇ ਵਿੱਚ ਮੈਂ ਸਕੂਲ ਪਹੁੰਚ ਗਿਆ। ਦੇਖਿਆ ਸਕੂਲ ਦੇ ਵਿੱਚ 2 LEDs, DVR ਕੈਮਰੇ ਵਾਲਾ, ਅਤੇ ਜਿਹੜਾ ਸਾਡਾ ਸਕੂਲ ਦਾ ਫਰਿੱਜ ਹੈਗਾ, ਫਰਿੱਜ ਦੇ ਵਿੱਚੋਂ ਕੰਪਰੈਸ਼ਰ ਅਤੇ ਹੋਰ ਅਲਮਾਰੀ ਦੀ ਫਰੋਲਾ ਫਰਾਲੀ, ਅਤੇ ਉਹਦੇ ਵਿੱਚੋਂ ਸਾਡੇ ਸਕੂਲ 'ਚ ਇੱਕ ਲਿਸਨਿੰਗ ਲੈਬ ਦਾ ਸਮਾਨ ਅਸੀਂ ਅਲੱਗ ਤੋਂ ਕੱਢ ਕੇ ਰੱਖਿਆ ਸੀਗਾ, ਉਹ ਸਾਰਾ ਸਮਾਨ ਲੈ ਗਏ। ਅਤੇ ਸਾਊਂਡ ਸਿਸਟਮ ਸੀ ਬੱਚੇ ਨੂੰ ਮੋਰਨਿੰਗ ਅਸੈਂਬਲੀ ਕਰਾਉਣ ਲਈ, ਉਹ ਸਾਰਾ ਸਾਊਂਡ ਸਿਸਟਮ ਲੈ ਗਏ। ਅਤੇ ਕਾਫੀ ਸਾਡੇ ਸਕੂਲ ਦਾ ਹੈਗਾ ਜਿਹੜਾ ਨੁਕਸਾਨ ਹੋਇਆ। ਸੋ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਹੁਣ? ਨੀਅਰ ਅਬਾਊਟ ਹੋਊਗਾ ਜੀ ਆਪਣੇ ਲੱਖ ਰੁਪਏ ਨੀਅਰ ਅਬਾਊਟ ਸਮਾਨ ਦਾ ਨੁਕਸਾਨ ਹੋਊਗਾ, ਜੇ ਆਪਾਂ ਅਪਰੋਕਸੀਮੇਟਲੀ ਲਈਏ। ਬਾਕੀ 2 LEDs ਹੋ ਗਈਆਂ, DVR ਹੋ ਗਿਆ ਕੈਮਰੇ ਦਾ, ਅਤੇ ਲਿਸਨਿੰਗ ਲੈਬ ਦਾ ਸਿਸਟਮ ਸਾਰਾ ਲੈ ਗਏ। ਪੁਲਿਸ ਨੂੰ ਸੂਚਿਤ ਕਰਤਾ ਜੀ? ਪੁਲਿਸ ਨੂੰ ਮੈਂ ਤੁਰੰਤ ਜਦੋਂ ਮੇਰੇ ਕੋਲ ਫੋਨ ਆਇਆ ਸਾਡੇ ਸੇਵਾ ਦਾ, ਮੈਂ 112 ਨੰਬਰ 'ਤੇ ਕਾਲ ਕੀਤੀ ਸੀ, ਅਤੇ ਕਾਲ ਕਰਕੇ ਉਹਨਾਂ ਨੂੰ ਮੈਂ ਰਿਪੋਰਟ ਲਿਖਾਤੀ ਸੀ। ਉਹਨਾਂ ਨੇ ਵਿਦਿਨ 15 ਕੁ ਮਿੰਟ 'ਚ ਸਾਡੇ ਕੋਲ ਚੇਤ ਸਿੰਘ ਜੀ ਨੇ 112 ਤੋਂ ਆ ਕੇ ਵਿਜ਼ਿਟ ਕਰ ਗਏ ਸੀਗੇ, ਦੇਖ ਕੇ ਕਹਿੰਦੇ ਸਾਰਾ। ਅਤੇ ਉਸ ਤੋਂ ਬਾਅਦ ਉਹਨਾਂ ਕਿਹਾ ਵੀ ਤੁਸੀਂ ਆਪਣੇ ਵੱਲੋਂ ਇੱਕ ਐਪਲੀਕੇਸ਼ਨ ਵੀ ਦਿਓ। ਹੁਣ ਅਸੀਂ ਐਪਲੀਕੇਸ਼ਨ ਲਿਖ ਰਹੇ ਹਾਂ, ਅਤੇ ਸਾਡੇ ਜਿਹੜੇ ਪਿੰਡ ਦੇ ਮੈਂਬਰ ਨੇ, ਪੰਚਾਇਤ ਮੈਂਬਰ ਸਾਰੇ, ਉਹ ਆ ਕੇ ਗਏ ਨੇ, ਅਤੇ ਉਸ ਤੋਂ ਬਾਅਦ ਅਸੀਂ ਪੁਲਿਸ ਕੋਲ ਜਾਵਾਂਗੇ, ਉਹਨਾਂ ਨੂੰ ਕਾਰਵਾਈ ਲਈ ਕਹਾਂਗੇ। ਸਕੂਲ ਦੇ ਵਿੱਚ ਕੋਈ ਚੌਕੀਦਾਰ ਤੈਨਾਤ ਨਹੀਂ ਹੁੰਦੇ? ਨਹੀਂ, ਸਕੂਲ 'ਚ ਕੋਈ ਚੌਕੀਦਾਰ ਨਹੀਂ ਹੈ, ਸਾਡੇ ਕੋਲ ਪੋਸਟ ਹੀ ਹੈ ਚੌਕੀਦਾਰ ਦੀ। ਪੋਸਟ ਹੀ ਨਹੀਂ ਹੁੰਦੀ ਸਕੂਲ ਦੇ? ਨਹੀਂ, ਪ੍ਰਾਇਮਰੀ ਵਿੰਗ 'ਚ ਨਹੀਂ, ਮੇਰੇ ਖਿਆਲ ਨਹੀਂ ਹੈਗਾ ਸਾਡੇ ਕੋਲ। ਔਰ ਜਿਹੜੇ 4th ਕਲਾਸ ਸੇਵਾਦਾਰ ਵਗੈਰਾ, ਉਹ ਸਕੂਲ ਦੇ ਵਿੱਚ ਗੇੜਾ ਗੂੜਾ ਮਾਰਦੇ ਰਹਿੰਦੇ? ਹਾਂਜੀ ਬਿਲਕੁਲ, ਉਹ ਬੂਟੇ ਨੂੰ ਪਾਣੀ ਦੇਣਾ, ਹੋਰ ਸਾਫ਼ ਸਫਾਈ ਦਾ ਧਿਆਨ ਰੱਖਣ ਲਈ ਉਹ ਸਕੂਲ 'ਚ ਚੱਕਰ ਲਾਉਂਦੇ ਰਹਿੰਦੇ ਹੈ। ਇਹ ਫਸਟ ਟਾਈਮ ਚੋਰੀ ਹੋਈ? ਹਾਂਜੀ, ਇਹ ਤੋਂ 15 ਕੁ ਸਾਲ 14 ਕੁ ਸਾਲ ਪਹਿਲਾਂ ਚੋਰੀ ਹੁੰਦੀ ਸੀ, ਜਿੱਦੇ ਸਕੂਲ ਦੇ ਥੋੜ੍ਹਾ ਮਤਲਬ ਕੈਮਰੇ ਵਗੈਰਾ ਲੱਗੇ ਨੇ, ਜਾਂ ਔਰ ਉਸ ਤੋਂ ਬਾਅਦ ਫਸਟ ਟਾਈਮ ਹੋਈ ਆ। DVR ਨਾਲ ਲੈ ਕੇ ਕੈਮਰੇ? DVR ਨਾਲ ਲੈ ਕੇ ਕੈਮਰੇ। ਕਿੰਨੇ ਕੈਮਰੇ ਚੋਰੀ ਹੋਏ ਨੇ? ਸਾਡੇ ਕੋਲ 8 ਕੈਮਰੇ ਲੱਗੇ ਨੇ ਸਕੂਲ ਦੇ ਵਿੱਚ। ਸਾਰੀ ਕੱਢੀ? ਨਹੀਂ, ਕੈਮਰੇ ਨਹੀਂ ਲੈ ਕੇ ਗਏ, ਇਕੱਲਾ DVR ਲੈ ਗਏ, ਕੈਮਰੇ ਸਾਡੇ ਲੱਗੇ ਹੋਏ ਨੇ ਸਾਰੇ ਸਕੂਲ 'ਚ। ਆਪਣੇ ਸੰਬੰਧਿਤ ਅਧਿਕਾਰੀਆਂ ਨੂੰ ਤੁਸੀਂ ਸੂਚਿਤ ਕਰਤਾ? ਬਸ ਉਹਨਾਂ ਨੂੰ ਜਾਣਕਾਰੀ ਅਸੀਂ ਦੇ ਰਹੇ ਹਾਂ, ਰਿਟਨ ਐਪਲੀਕੇਸ਼ਨ ਲਿਖ ਰਹੇ ਹਾਂ, ਰਿਟਨ ਇਨਫੋਰਮੇਸ਼ਨ ਉਹਨਾਂ ਦੇ ਦਾਂਗੇ। ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਪਰਵਿੰਦਰ ਸਿੰਘ ਜੀ, ਮੈਂ ਮੁੱਖ ਅਧਿਆਪਕ ਪਿਛਲੇ ਸਾਲ ਸਪਤੰਬਰ 'ਚ ਜੁਆਇਨ ਕੀਤਾ ਉਰੇ ਬਤੌਰ ਮੁੱਖ ਅਧਿਆਪਕ। ਕੀ ਘਟਨਾ ਹੋਈ ਹੈ ਜੀ ਸਕੂਲ ਦੇ ਵਿੱਚ? ਸਵੇਰੇ ਜਦ 6:40 'ਤੇ ਸੇਵਾਦਾਰ ਆਏ ਤਾਂ ਪਤਾ ਲੱਗਿਆ ਕਿ ਚੋਰੀ ਹੋ ਗਈ, ਇਹਨਾਂ ਨੇ ਸਾਰਾ ਲੋਕ ਵਗੈਰਾ ਟੁੱਟੇ ਦੇਖੇ। ਇਹਨਾਂ ਨੇ ਸਾਨੂੰ ਉਸ ਸਮੇਂ ਅਧਿਆਪਕਾਂ ਨੂੰ, ਸਾਡੇ ਮੇਰੇ ਸਬੋਰਡੀਨੇਟ ਨੇ ਜਿਹੜੇ, ਇਹਨਾਂ ਨੂੰ ਅਤੇ ਮੈਨੂੰ ਇੰਟੀਮੇਟ ਕੀਤਾ। ਆ ਕੇ ਦੇਖਿਆ ਜੀ, ਚਲੋ ਮੇਰੇ ਨਾਲ ਦੇ ਅਧਿਆਪਕ ਜਦ 112 'ਤੇ ਫੋਨ ਕਰਤਾ ਕਿ ਚੋਰੀ ਦਾ ਕਾਫੀ ਸਮਾਨ ਸਾਡਾ ਚਲਾ ਗਿਆ। ਕਿੰਨੇ ਕਿੰਨਾ ਸਮਾਨ ਔਰ ਕੀ ਕੀ ਚੋਰੀ ਹੋਇਆ ਜੀ? ਲਗਭਗ ਸਾਡੇ 2 LED ਸਾਊਂਡ ਸਿਸਟਮ, ਅਤੇ ਨਵਾਂ ਲਿਆ ਸੀ ਅਤੇ ਹੈੱਡਫੋਨ ਵਗੈਰਾ, ਉਹ ਸੀਗੇ ਇਹ ਚੋਰੀ ਹੋ ਗਏ। ਅਤੇ ਉਹਦੀ ਕੈਮਰੇ ਦੀ DVR ਅਤੇ ਫਰੀਜ਼ਰ ਦੀ ਮੋਟਰ ਸੀ, ਇਹ ਚੋਰੀ ਹੋ ਗਿਆ। ਅਤੇ ਲਗਭਗ 1.25 ਲੱਖ ਦਾ ਸਮਾਨ ਹੈ। ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀ? ਸਾਨੂੰ ਸਵੇਰੇ 7 ਵਜੇ ਸੂਚਨਾ ਮਿਲੀ ਸੀ। ਤੁਸੀਂ ਤੁਰੰਤ ਆ ਗਏ ਇੱਥੇ ਪਹੁੰਚੇ? ਹਾਂਜੀ, ਤੁਰੰਤ ਪਹੁੰਚ ਗਏ ਸੀ। ਪੁਲਿਸ ਨੂੰ ਸੂਚਿਤ ਕਰਤਾ? ਹਾਂਜੀ, ਪੁਲਿਸ ਨੂੰ 112 'ਤੇ ਜੇ ਸੂਚਿਤ ਕਰਤਾ ਸੀ, ਉਹ ਵਿਜ਼ਿਟ ਕਰ ਗਏ ਨੇ, ਉਸ ਤੋਂ ਬਾਅਦ ਫਿਰ ਮੁਲਾਜ਼ਮ ਆ ਕੇ ਚਲੇ ਗਏ। ਕੀ ਇੱਥੇ ਕੋਈ ਚੌਕੀਦਾਰ ਤੈਨਾਤ ਨਹੀਂ ਹੁੰਦੇ? ਨਹੀਂ, ਰਾਤ ਦਾ ਚੌਂਕੀਦਾਰ ਕੋਈ ਨਹੀਂ ਤੈਨਾਤ। ਇਹ ਸਾਰੇ ਸਕੂਲਾਂ 'ਚੋਂ ਨਹੀਂ ਹੈਗੇ ਜਾਂ ਤੁਹਾਡੇ ਸਕੂਲ 'ਚੋਂ ਨਹੀਂ? ਇਹ ਪ੍ਰਾਇਮਰੀ ਸਕੂਲ 'ਚ ਕਿਸੇ 'ਚ ਵੀ ਨਹੀਂ ਹੈ। ਤਾਂ ਫਿਰ ਸਕੂਲ ਦੀ ਜਿਵੇਂ ਹੁਣ ਛੁੱਟੀਆਂ ਹੋਈਆਂ, ਦੇਖ ਰੇਖ ਕੌਣ ਕਰਦਾ ਵਾ ਛੁੱਟੀਆਂ ਦੇ? ਦੇਖ ਰੇਖ ਪਿਛਲੇ ਸਮੇਂ ਸਰਕਾਰ ਵੱਲੋਂ ਸੇਵਾਦਾਰ ਰੱਖੇ ਗਏ ਨੇ, ਉਹਨਾਂ ਦਾ ਇਹ ਡਿਊਟੀ ਹੈ ਵੀ ਸਾਡੇ ਬਰਾਬਰ ਹੀ ਹੈ ਵੀ 8 ਤੋਂ 2 ਜੋ ਸਕੂਲ ਟਾਈਮ ਹੈ
ਉਹਦੇ ਵਿੱਚ ਆ। ਇਹ ਫਿਰ ਸੇਵਾਦਾਰ ਚਲੋ ਇਹਨਾਂ ਨੂੰ ਇਹ ਕਹਿਤਾ ਸੀ ਵੀ ਤੁਸੀਂ ਪਾਣੀ ਪਾ ਦਿਓ, ਪਲਾਂਟਸ ਲੱਗੇ ਨੇ, ਇਹ ਦਿਨ ਦੇ ਸਮੇਂ ਪਾ ਕੇ ਪਾਣੀ ਪਾ ਕੇ ਚਲੇ ਜਾਂਦੇ ਸੀ।